ਬੇਸ਼ੱਕ ਲੋਕ ਸਬਜ਼ੀ ਖਰੀਦਣ ਆਏ ਨੇ ਤਾਂ ਸਬਜ਼ੀਆਂ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਅਸਰ ਇਸ ਦਾ ਜ਼ਰੂਰ ਦੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਵੀ ਕਰਾਂਗੇ, ਭਾਅ ਜੀ ਸਬਜ਼ੀ ਖਰੀਦਣ ਆਏ ਹੋ, ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ ਮੰਡੀ ਦੇ ਵਿੱਚ ਆਏ ਹੋ? ਰੇਟ ਲੋਕਾਂ ਦਾ ਭਾਅ ਜੀ ਜਿਵੇਂ ਉੱਥੇ ਤੋਂ ਪਿਆਜ਼ ਚਲੇ ਕੇ 20 ਦਾ ਬੱਟਾ ਸੀ, ਹੁਣ 200-220 ਹੁਣ ਤਾਂ ਮੌਸਮ ਵੀ ਬਦਲ ਗਿਆ ਜੀ, ਮੌਸਮ ਪਤਾ ਰੇਟ ਨਹੀਂ ਬਦਲੇ ਨਾ, ਅਸੀਂ ਰੇਟ ਬਦਲੇਗੇ ਤਾਂ ਹੀ ਫਰਕ ਹੋਊ। ਕਿੰਨਾ ਜੇਬ 'ਤੇ ਅਸਰ ਪਿਆ? ਜੇਬ 'ਤੇ ਕਿੰਨਾ ਕੁ ਅਸਰ ਪਿਆ? ਅੱਗੇ ਤੋਂ ਜ਼ਿਆਦਾ ਪਹਿਲਾਂ ਜਿਵੇਂ 1000 ਦੀ ਸਬਜ਼ੀ ਲੈਂਦੀ, ਹੁਣ 2 ਦੀ ਲੈਣੀ ਪੈ ਰਹੀ। 1000 ਦੀ ਨਹੀਂ, ਆਪਾਂ ਤਾਂ ਵਡੇਰੀ ਲੈਂਦੇ ਹਾਂ, 100-200 ਦੀ, 200 ਦਾ 400 ਹੋ ਗਿਆ, 400 ਦਾ ਬਾਰਿਸ਼ ਬੜੀ ਹੋ ਸਕਦਾ ਉੱਪਰ ਨੀਚੇ ਹੋ ਜਾਏ, ਪਰ ਮੈਂ ਇਹ ਹੋਇਆ। ਅੰਕਲ ਜੀ ਪਹਿਲਾਂ ਨਾਲੋਂ ਕਿੰਨਾ ਕੁ ਅਸਰ ਹੈ ਜੀ? ਡੇਢਾ ਕੀ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਗਰਮੀ ਤੋਂ ਜਿਹੜੀ ਰਾਹਤ ਨਹੀਂ ਸੀ ਤਾਂ ਹੁਣ ਜਿਹੜੀ ਰਾਹਤ ਮਿਲੀ ਹੈ ਤਾਂ ਰੇਟ ਫਿਰ ਵੱਧ ਗਏ? ਅਸੀਂ 20 ਤੇ ਵੱਧ ਰਹੇ। ਦੇਖੋ ਜੀ ਮੰਡੀ ਦਾ ਰੇਟ ਤਾਂ ਵੱਧਦਾ ਘੱਟਦਾ ਰਹਿੰਦਾ, ਅਤੇ ਮੰਡੀ ਦੇ ਚੜ੍ਹਦੇ ਰਹਿਣਾ ਉਤਰਦੇ ਰਹਿਣਾ ਰੋਜ਼ ਦਾ ਭਾਅ। ਅੱਜ ਤੋਂ 4 ਦਿਨ ਪਹਿਲਾਂ ਟਮਾਟਰ 20 ਰੁਪਏ ਕਿਲੋ ਵਿਕਦਾ ਪਿਆ, ਅੱਜ 30 ਰੁਪਏ ਕਿਲੋ, 10 ਰੁਪਏ ਰੇਟ ਜਿਹੜਾ ਟਮਾਟਰ ਦਾ ਵੀ ਵੱਧ ਚੁੱਕਿਆ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਬੇਸ਼ੱਕ ਲੋਕ ਸਬਜ਼ੀ ਖਰੀਦਣ ਆਏ ਨੇ, ਖਾਸ ਕਰ ਲੋਕਾਂ ਨਾਲ ਹੀ ਗੱਲਬਾਤ ਕਰ ਰਹੇ ਹਾਂ। ਅੰਕਲ ਜੀ ਸਬਜ਼ੀ ਖਰੀਦਣ ਆਏ ਹੋ, ਕਿੰਨਾ ਅਸਰ ਹੈ ਜੀ? ਮਟਰ 100 ਰੁਪਏ ਦੇ, ਅੱਜ 200 ਰੁਪਏ ਕਿਲੋ ਪੈਂਦਾ ਪਿਆ। ਫਲੀਆਂ ਜਿਹੜੀਆਂ 40-50 ਰੁਪਏ ਦੇ, ਅੱਜ 80 ਰੁਪਏ ਦੱਸ ਰਹੇ ਨੇ। ਅਸਰ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੈਗਾ ਜੀ। ਲੱਗਦਾ ਲੋਕਾਂ ਨੂੰ ਰਾਹਤ ਮਿਲ ਰਹੀ ਹੈ, ਗਰਮੀ ਬੇਸ਼ੱਕ ਜ਼ਿਆਦਾ ਸੀ, ਗਰਮੀ ਦਾ ਪ੍ਰਕੋਪ ਜਿਹੜਾ ਉਸਤੋਂ ਲੋਕ ਬਚਣ ਦੇ ਲਈ ਅੱਜ ਕਿਤੇ ਨਾ ਕਿਤੇ ਯਤਨ ਕਰ ਰਹੇ ਸੀ, ਪਰ ਬਾਰਿਸ਼ ਦੇ ਹੋਣ ਦੇ ਨਾਲ ਕਿਤੇ ਨਾ ਕਿਤੇ ਰਾਹਤ ਮਿਲ ਰਹੀ। ਥੋੜ੍ਹਾ ਬਹੁਤਾ ਅਸਰ ਹੋਇਆ ਲੁਧਿਆਣੇ 'ਚ, ਕੋਈ ਖਾਸ ਨਹੀਂ, ਮਤਲਬ ਹੋਰ ਤੁਸੀਂ 2 ਵਜੇ ਤੋਂ ਬਾਅਦ ਦੇਖਣਾ ਪੂਰੀ ਗਰਮੀ ਵਗੈਰਾ ਆ ਜਾਣੀ। ਕਿਹਾ ਜਾ ਰਿਹਾ ਸੀ ਨਾ ਸਬਜ਼ੀਆਂ ਜਿਹੜੀਆਂ ਜ਼ਿਆਦਾ ਗਰਮੀ ਕਾਰਨ ਖਰਾਬ ਹੋ ਗਈਆਂ। ਠੀਕ ਹੈ, ਹੁਣ ਇਹਦਾ ਅਸਰ ਤਾਂ ਜੇ ਤਾਂ ਮੀਂਹ ਮੂੰਹ ਪੈ ਜਾਂਦਾ, ਥੋੜ੍ਹਾ ਜਿਹਾ ਮੌਸਮ ਸਹੀ ਹੋ ਜਾਂਦਾ, ਸ਼ਾਇਦ ਫਰਕ ਪੈ ਜਾਂਦਾ, ਪਰ ਲੁਧਿਆਣੇ 'ਚ ਕੋਈ ਅਸਰ ਨਹੀਂ ਲੱਗਦਾ ਮੇਰੇ ਘਰ 'ਤੇ। ਮੰਡੀ ਖਾਲੀ ਪਈ ਹੈ, ਬਹੁਤੇ ਸਬਜ਼ੀ ਵੀ ਨਹੀਂ ਹੈਗੀ। ਸੋ ਇਹ ਵੀ ਦੇਖ ਸਕਦੇ ਹੋ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹ ਵੀ ਕਿਤੇ ਨਾ ਕਿਤੇ ਗਰਮੀ ਦੇ ਕਾਰਨ ਜਿਹੜੀਆਂ ਖਰਾਬ ਹੋ ਰਹੀਆਂ ਸੀ, ਤਾਂ ਇਸ ਨੂੰ ਲੈ ਕੇ ਜਿਹੜੇ ਸਬਜ਼ੀ ਵਿਕਰੇਤਾ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਸੀਗੇ ਕਿ ਉਹਨਾਂ ਨੂੰ ਰੇਟ ਦੇ ਵਿੱਚ ਜਿਹੜਾ ਇਜ਼ਾਫਾ ਕਰਨਾ ਪੈ ਰਿਹਾ ਸੀ। ਗੱਲਬਾਤ ਵੀ ਕਰਾਂਗੇ ਸਬਜ਼ੀ ਵਿਕਰੇਤਾ ਨੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਕਿਆ ਨਾਮ ਹੈ ਜੀ ਆਪਣਾ? ਰਾਮੂ। ਰਾਮੂ ਜੀ ਸਬਜ਼ੀ ਕੇ ਰੇਟ 'ਤੇ ਕਿਤਨਾ ਫਰਕ ਪੜਾ ਹੈ? ਸਾਡਾ ਫਰਕ ਅਗਰ ਬਾਤ ਕਰੀਏ ਗੋਭੀ ਦੀ, ਕਿਆ ਰੇਟ ਸੀ ਪਹਿਲੇ ਆਪਣਾ ਰੇਟ? ਪਿਆਜ ਕਿਆ ਰੇਟ ਹੈ ਪਹਿਲੇ ਕਿਆ ਰੇਟ ਦਾ? ਗਰਮੀ ਕਾਰਨ ਜਿਹੜੇ ਰੇਟ ਉਹ ਵਧੇ ਨੇ, ਤਾਂ ਗੱਲਬਾਤ ਵੀ ਕਰਾਂਗੇ। ਹੋਰ ਵੀ ਲੋਕ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਘਰ ਦੀਆਂ ਸਬਜ਼ੀਆਂ ਲੈ ਕੇ ਜਾ ਰਹੇ ਨੇ, ਬੇਸ਼ੱਕ ਗਰਮੀ ਦਾ ਮੌਸਮ ਹੈ ਤਾਂ ਸਬਜ਼ੀਆਂ ਖਰਾਬ ਹੋਣ ਦੀ ਵੀ ਸ਼ੰਕਾ ਥੋੜ੍ਹੀ ਥੋੜ੍ਹੀ ਸਬਜ਼ੀ ਨਹੀਂ। ਬਾਈ ਜੀ ਸਬਜ਼ੀ ਖਰੀਦੀ ਹੈ, ਕਿੰਨਾ ਕੁ ਫਰਕ ਹੈ ਜੇਬ 'ਤੇ, ਕਿੰਨਾ ਕੁ ਅਸਰ? ਅੱਜ ਪਿਆਜ 20 ਵਾਲਾ 40 ਹੋ ਗਿਆ, ਟਮਾਟਰ 20 ਤੋਂ 30 ਹੋ ਗਿਆ, ਗੋਭੀ 40 ਤੋਂ 60। ਕਿੰਨਾ ਕੁ ਅਸਰ ਜੇਬ 'ਤੇ ਪਿਆ? ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਕਿਹਾ ਜਾ ਰਹੀ ਸਬਜ਼ੀਆਂ ਖਰਾਬ ਹੋ ਗਈਆਂ ਨੇ, ਥੋੜ੍ਹੀ ਰਾਹਤ ਮਿਲੀ ਹੈ ਲਗਾਤਾਰ? ਗਰਮੀ ਤੋਂ ਰਾਹਤ ਮਿਲੀ ਹੈ ਬੰਦੇ ਨੂੰ, ਕਹਿ ਦਿਓ ਖਾਸ ਕਰ।
ਲੋਕ ਜਿਹੜੇ ਸਬਜ਼ੀ ਖਰੀਦਣ ਆਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਬ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਿਆ, ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਸਬਜ਼ੀਆਂ ਨੇ ਉਹ ਜ਼ਿਆਦਾਤਰ ਗਰਮੀ ਦੇ ਵਿੱਚ ਖਰਾਬ ਹੋ ਰਹੀਆਂ ਨੇ, ਜਿਸ ਕਾਰਨ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ। ਤਾਂ ਲੁਧਿਆਣਾ ਦੀਆਂ ਇਹ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਲੋਕ ਜਿਹੜੇ ਨੇ ਉਹ ਸਬਜ਼ੀ ਖਰੀਦਣ ਜ਼ਰੂਰ ਆਏ ਹੋਏ ਨੇ, ਤਾਂ ਇੱਥੇ ਹੋਰ ਵੀ ਲੋਕ ਨੇ ਉਹਨਾਂ ਨਾਲ। ਹਾਂਜੀ ਸਰਦਾਰ ਜੀ, ਸਬਜ਼ੀ ਖਰੀਦਣ ਆਏ ਹੋ, ਕਿੰਨਾ ਕੁ ਦੇਖ ਰਹੇ ਹੋ ਸਬਜ਼ੀ ਦੇ ਅਸਰ ਹੈਗਾ, ਕਿੰਨੇ ਕੁ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ? ਬਹੁਤ ਜ਼ਿਆਦਾ ਰੇਟ ਜੀ, ਕੀ ਕਰੀਏ, ਲਸਣ ਅਦਰਕ ਹੀ ਲੈਣਾ ਸੀ, ਘੱਟੋ ਘੱਟ 180 ਰੁਪਏ ਕਿਲੋ ਦਾ ਅਦਰਕ ਹੀ ਹੈ, ਅਤੇ ਲਸਣ ਦੇਖ ਲਓ, ਲਸਣ ਇੰਨਾ ਮਹਿੰਗਾ ਹੋਇਆ ਪਿਆ, ਅਤੇ ਅੱਧਾ ਕਿਲੋ ਚੀਜ਼ ਲੈਣੀ ਆ ਤਾਂ 100 ਦਾ ਨੋਟ ਪੱਕਾ ਹੀ ਗਿਆ, ਜੇਬ 'ਤੇ ਅਸਰ ਸਿੱਧਾ ਸਿੱਧਾ ਡਬਲ ਹੋ ਗਿਆ, ਡਬਲ ਪੈ ਗਿਆ ਜੀ। ਹੁਣ ਟਮਾਟਰ ਦੇਖ ਲਓ 20 ਤੋਂ ਸਿੱਧਾ 40 ਦੇ ਪਹੁੰਚ ਗਿਆ, ਹੁਣ ਅੱਗੇ ਪਤਾ ਨਹੀਂ ਬਰਸਾਤਾਂ 'ਚ 100-150 ਪਹੁੰਚ ਹੀ ਜਾਣਾ। ਕਿਹਾ ਜਾ ਰਿਹਾ ਜਿਹੜੀਆਂ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਗਰਮੀ ਕਾਰਨ, ਉਹਦੇ ਕਰਕੇ ਰੇਟਾਂ 'ਚ ਇਜ਼ਾਫਾ? ਹਾਂ, ਉਹ 'ਚ ਵੀ ਦੱਸੀ ਜਾਂਦੇ ਕਰੇ, ਟਮਾਟਰ ਸੀਗਾ ਫਸਲ ਸਾਰੀ ਸੜ ਗਈ ਹੈ, ਉਹਦੇ ਕਰਕੇ ਚੱਕਰ ਪਿਆ। ਬਾਬਾ ਆ ਗਏ ਜੀ, ਆ ਗਏ ਮਹਿਲਾਵਾਂ ਵੀ ਨੇ ਘਰ ਦਾ ਜਿਹੜਾ ਦੇਖਿਆ ਜਾਵੇ, ਸਬਜ਼ੀ ਖਰੀਦਣ ਆਏ, ਸਬਜ਼ੀ ਬਹੁਤ ਮਹਿੰਗੀ ਹੋਈ ਪਈ ਹੈ ਇਸ ਟਾਈਮ ਦੇ ਉੱਤੇ, ਤਾਂ ਟਮਾਟਰ ਲਗਾ ਲਓ, ਪਿਆਜ਼ ਲਗਾ ਲਓ, ਹਰ ਰੇਟ ਵਧੇ ਪਏ ਨੇ, ਪਿਆਜ਼ 200 ਰੁਪਏ ਕਿਲੋ ਪਹੁੰਚਿਆ ਪਿਆ ਆ, ਕੋਈ ਰੇਟ ਘਟਾਉਣ ਨੂੰ ਤਿਆਰ ਨਹੀਂ। ਉਹ ਕਹਿੰਦੇ ਵੀ ਸਬਜ਼ੀਆਂ ਸਾਡੀਆਂ ਗਰਮੀ ਕਰਕੇ ਖਰਾਬ ਹੋ ਰਹੀਆਂ। 30 ਰੁਪਏ ਕਿਲੋ ਕਰ ਰਹੇ ਪਿਆਜ਼, ਨਹੀਂ ਮੰਡੀ 'ਚ ਤਾਂ 200 ਰੁਪਏ ਕਿਲੋ ਪੁੱਛਿਆ ਉਹਨੇ ਤੁਹਾਡੇ ਸਾਹਮਣੇ। ਭਾਜੀ ਜੇ ਦੇਖਿਆ ਜਾਵੇ, ਜੇ ਦੇਖਿਆ ਜਾਵੇ ਇਹ ਗੌਰਮੈਂਟ ਦੀ ਜੇਬ 'ਤੇ ਤਾਂ ਨਹੀਂ ਪੈਂਦਾ, ਇਹ ਜਨਤਾ ਦੀ ਜੇਬ 'ਤੇ ਅਸਰ ਪੈਣਾ, ਠੀਕ ਹੈ ਨਾ, ਚਾਹੇ ਵਧੇ ਚਾਹੇ ਘਟੇ, ਇਹ ਜਨਤਾ ਨੇ ਆਮ ਬੰਦੇ ਗਰੀਬ ਦੀ ਜੇਬ 'ਚ ਹੀ ਜਾਣਾ ਹੈ। ਲੱਗਦਾ ਕੁਛ ਹੁਣ ਰਾਹਤ ਮਿਲੀ ਮੌਸਮ ਦਾ ਕਰਕੇ, ਕੁਛ ਨਾ ਕੁਛ ਫਰਕ ਪਊ। ਫਰਕ ਤਾਂ ਜੀ ਆ ਦੇਖ ਲਓ, ਕੱਲ੍ਹ ਹੀ ਕਹਿੰਦੇ ਸੀਗੇ ਇੱਧਰ ਮਰਿੰਡੇ ਕੰਨੀ ਵਿਆਹ 1.5 ਘੰਟਾ ਮੀ, ਤਾਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ, ਬਾਕੀ ਹੁਣ ਅੱਗੇ ਦੇਖੋ ਰੱਬ ਦਾ ਕੀ ਗਾ। ਬਹੁਤ ਜ਼ਿਆਦਾ ਮਤਲਬ ਬੁਰਾ ਹਾਲ ਹੈ ਜੀ, ਠੀਕ ਦੱਸੀਏ ਇੱਧਰ ਆ ਜਾ। ਸੋ ਲੋਕ ਪਰੇਸ਼ਾਨ ਨੇ, ਕਿਤੇ ਨਾ ਕਿਤੇ ਸਬਜ਼ੀ ਮੰਡੀ ਲੁਧਿਆਣਾ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ, ਹੋਰ ਵੀ ਲੋਕ ਨੇ ਸਬਜ਼ੀ ਖਰੀਦਣ ਆਏ ਹੋ ਜੀ, ਕਿੰਨਾ ਕੁ ਅਸਰ ਹੈਗਾ, ਕਿਵੇਂ ਦੇਖਦੇ ਹੋ ਪਹਿਲਾਂ ਨਾਲੋਂ ਸਬਜ਼ੀਆਂ ਦੇ ਰੇਟਾਂ 'ਚ ਹੁਣ ਕਿੰਨਾ ਕੁ ਫਰਕ ਹੈ? ਪਹਿਲੇ ਪਿਆਜ਼ ਸੀਗਾ 100 ਰੁਪਏ, ਹੁਣ ਹੋ ਗਿਆ 180 ਰੁਪਏ, ਰੇਟ ਵੱਧ ਗਏ ਨੇ ਮਤਲਬ? ਰੇਟ ਵੱਧ ਗਿਆ ਬਹੁਤ ਕਾਫੀ। ਕੀ ਵਜ੍ਹਾ ਕੀ ਮੰਨਦੇ ਹੋ? ਵਜ੍ਹਾ ਬਸ ਮਹਿੰਗਾਈ ਜ਼ਿਆਦਾ ਹੋਈ ਸੀ, ਬਸ ਪ੍ਰਸ਼ਾਸਨ ਨੂੰ ਕੁਛ ਸੋਚਣਾ ਚਾਹੀਦਾ। ਸਾਹਿਬ ਤੋਂ ਉੱਤੇ ਲੁਧਿਆਣਾ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਵੀ ਸਾਡੀਆਂ ਕੀਤੀਆਂ ਨੇ, ਨਾਲ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਪਰ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਦੇ ਉੱਤੇ ਜਿਹੜਾ ਅਸਰ ਹੈ ਉਹ ਜ਼ਰੂਰ ਪਿਆ ਹੈ, ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ, ਤਾਂ ਮੌਸਮ ਤੋਂ ਕੁਝ ਰਾਹਤ ਮਿਲੀ ਹੈ। ਤਾਂ ਇਸੇ ਵਿਚਾਲੇ ਅਗਰ ਗੱਲ ਕਰੀਏ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਦੇ ਰੇਟ ਘਟਦੇ ਨੇ ਜਾਂ ਹੋਰ ਕਿੰਨੇ ਕੁ ਵੱਧਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ।